सत श्री अकाल जी। अज दी वीडियो विच ना आपां तुहानूं विखाउण लगे हाँ लैफ्टिंग दा समान। लैफ्टिंग दा समान जिवें कि आपां कह दईए चक्कना जां खिच्चना जां धक्कना, है ना, सारा समान इह लैफ्टिंग दे विच ही आउंदा, जिहदे विच कि चैन कुप्पियां हो गईआं जां इह जिहनूं आपां रस्सा तार कह दिंदे उह वाली, जां लैफ्टिंग बैल्ट हो गई, वेंच हो गए, इह हत्थ नाल चलण वाले आ ते मोटर नाल चलण वाले वी आ, जां इह होस्टां हो गईआं। जिन्हां दुकानदारां ने जां कोई वर्कशॉप दे विच हैवी काम लैना उन्हां दे लई जिवें कि लैफ्टिंग वगैरह हो गई, सारा समान ही आपां नूं इत्थों मिल जांदा जी। पूरी गलबात करांगे आपां की समान मिलदा। जे आपां इस दुकान की लोकेशन की गल करदे आं तां इह दुकान हैगी आ जी श्री अमृतसर साहब दे विच शहजादा एक्सपोर्ट लिमिटेड दे नां ते। बाकी जिहड़ी इहदी लोकेशन आ उह वी मैं वीडियो दे डिस्क्रिप्शन विच गूगल मैप की लोकेशन दे दूंगा। तो जे तुसीं उंज आउणा तो जलंधर वाले साइड तो जदों तुसीं आओगे इह वाला जो गेट बनया होया उस तो अगे हयात माल तारा वाला पुल, तारा वाले पुल तो यह बिल्कुल ही नज़दीक आ जी। अपने नाल होणगे जी शहजादा एक्सपोर्ट लिमिटेड तो मुकल अग्रवाल जी। आपां इहनां नाल गलबात करदे आं, जिन्नियां भी चीज़ां इत्थे इहनां दी कंपनी दे विच रखियां होईआं आपां सारिआं बारे जानकारी देवांगे। की हाल भाजी? बहुत वधिया भाजी, तुसीं सुणाओ जी। बस बहुत वधिया जी। होर की हाल है जी? बहुत वधिया भाजी, तुसीं सुणाओ। बस बहुत वधिया जी। अज ना आपां अपने दर्शकां नूं दिखाईए कि जिहड़ा अपने कोले लिफ्टिंग दा समान आ की समान अपने को, कितों शुरू कर गए जी? ਭਾਜੀ ਬਾਰੋਂ ਸ਼ੁਰੂ ਕਰ ਲੈਂਦੇ ਹਾਂ, ਇੱਥੋਂ ਕਰ ਲੈਂਦੇ। ਚਲੋ ਠੀਕ ਹੈ ਜੀ। ਹਾਂਜੀ, ਮੇਨ ਆਪਣਾ ਜੀ ਪੰਜਾਬ, ਹਿਮਾਚਲ, ਜੇ ਐਂਡ ਕੇ ਅਤੇ ਹਰਿਆਣਾ, ਸਭ ਜਗ੍ਹਾ ਆਪਣਾ ਮੇਨ ਸਭ ਤੋਂ ਵੱਡਾ ਹੋਲਸੇਲ ਪੁਆਇੰਟ ਆਈ ਹੈ। ਆਲ ਓਵਰ ਇੰਡੀਆ ਮਾਲ ਜਾਂਦਾ ਜੀ ਆਪਣਾ, ਅਤੇ ਪੂਰੇ ਭਾਰਤ ਵਿੱਚ ਮਾਲ ਜਾਂਦਾ ਅਤੇ ਆਲ ਓਵਰ ਇੰਡੀਆ ਡੀਲਰ ਤੋਂ। ਠੀਕ ਹੈ ਜੀ। ਇਹ ਕੀ ਚੀਜ਼ ਹੈ ਜੀ? ਸਰ ਸਟੈਕਰ ਹੈ, ਤੁਸੀਂ ਗੱਡੀ ਵਿੱਚ ਕੋਈ ਲੋਡ ਕਰਨਾ। ਅੱਛਾ ਜੀ। ਕੋਈ ਆਪਣਾ ਕਿਸੇ ਨੇ ਕੋਈ ਟਰੱਕ ਵਿੱਚ ਲੋਡ ਕਰਨਾ, ਕਰਨਾ 2 ਟਨ ਤੱਕ ਇਹਨਾਂ ਦੀ ਕਪੈਸਿਟੀ ਹੈ। ਹਾਈਡਰੋਲਿਕ ਹੈ ਜੀ? ਹਾਈਡਰੋਲਿਕ ਹਾਈਡਰੋਲਿਕ ਤਰੀਕੇ ਨਾਲ ਹੈ ਜੀ। 5.5 ਫੁੱਟ ਹਾਈਟ ਤੱਕ ਵਰਕ ਕਰੇਗਾ, 5.5 ਫੁੱਟ ਹਾਈਟ ਤੱਕ। ਠੀਕ ਹੈ, ਹੱਥ ਨਾਲ ਕਰ ਲਓ। ਅਤੇ ਜਦੋਂ ਸਮਾਨ ਇਹਦੇ ਲੋਡ ਹੋ ਗਿਆ ਉਸ ਤੋਂ ਬਾਅਦ ਇਹਨੂੰ ਅੱਗੇ ਪਿੱਛੇ ਲਿਆ ਸਕਦੇ? ਅੱਗੇ ਪਿੱਛੇ ਲੈ ਜਾ ਸਕਦੇ। ਠੀਕ ਹੈ, ਇਸ ਤਰ੍ਹਾਂ। ਠੀਕ ਹੈ ਜੀ। ਮੈਂ ਇਹ ਵਾਲਾ ਜੀ, ਇਹ 2000 ਕਿਲੋਗ੍ਰਾਮ ਦਾ। ਹਾਂਜੀ ਭਾਅ ਜੀ। ਇਹ ਤੂੰ ਛੋਟੇ ਵੀ ਆਉਂਦੇ ਆ ਜੀ? ਹਾਂਜੀ ਭਾਅ ਜੀ, ਇੱਦਾਂ ਹੈਗਾ ਜੀ, ਇਹ 4-5 ਕਿਲੋ 500 ਕਿਲੋ ਤੱਕ ਦਾ ਹੈਗਾ ਜੀ। ਅੱਛਾ ਅੱਛਾ। ਇਹ ਇੱਕ ਵਰਕ ਕਰਕੇ ਦਿਖਾਓ ਜੀ ਭਾਅ ਜੀ ਨੂੰ। ਇਹ ਭਾਅ ਜੀ ਮੈਨੂਅਲੀ ਵਰਕ ਹੋਏਗਾ। ਅੱਛਾ, ਕਿਵੇਂ ਹਾਈਡਰੋਲਿਕ ਹੈ ਦੂਸਰਾ ਚੱਲਦਾ? ਉੱਪਰ ਨੀਚੇ ਅੱਗੇ ਪਿੱਛੇ ਇਲੈਕਟ੍ਰਿਕ ਫੋਰਕਲਿਫਟ ਹੈ ਜੀ ਪੂਰੀ। ਇਹਦੀ ਕਪੈਸਿਟੀ ਕਿੰਨੀ ਹੈ ਜੀ? ਇਹ ਭਾਜੀ 1600 ਕਿਲੋ ਵੀ ਹੈ, ਇੱਕ 2 ਟਨ ਵੀ ਹੈ, ਇਹਦੇ 'ਚ ਆਟੋਮੈਟਿਕ ਵੀ ਹੈ, ਸੈਮੀ ਆਟੋਮੈਟਿਕ ਵੀ ਹੈ। ਅੱਛਾ ਅੱਛਾ। ਦੋ ਤਰ੍ਹਾਂ ਦੇ ਹੈਗੇ ਆ ਜੀ। ਹੁਣ ਜਿਸ ਤਰ੍ਹਾਂ ਸਮਝ ਲਓ 30-35 ਹਜ਼ਾਰ ਤੋਂ ਸ਼ੁਰੂ ਹੈ ਜੀ, ਉੱਪਰ 4 ਲੱਖ ਤੱਕ ਵੀ। ਠੀਕ ਆ ਠੀਕ ਆ। ਜਿਹੋ ਜੀ ਕਿਸੇ ਦੀ ਰਿਕੁਆਇਰਮੈਂਟ ਹੈ ਜੀ, ਰਿਕੁਆਇਰਮੈਂਟ ਹੈ ਜੀ ਉਹੀ ਚੀਜ਼। ਜਿਵੇਂ ਤੁਸੀਂ ਉਹ ਵਾਲਾ ਦੱਸਿਆ ਜੀ ਵੀ ਇਹ ਇਲੈਕਟ੍ਰਿਕ ਆ, ਹੈ ਨਾ ਜੀ? ਹਾਂਜੀ ਹਾਂਜੀ। ਤੇ ਇਹਦਾ ਮਤਲਬ ਫਿਰ ਨਾਲ ਬਿਜਲੀ ਚਾਹੀਦੀ ਹੋਊਗੀ? ਨਹੀਂ ਸਰ, ਇਹ ਬੈਟਰੀ ਨਾਲ ਚਾਰਜ ਹੋ ਜਾਂਦਾ। ਅੱਛਾ ਜੀ। ਇਹਦੇ ਨਾਲ ਚਾਰਜਰ ਹੈਗਾ? ਅੱਛਾ ਅੱਛਾ। ਇਹਨੂੰ ਤੁਸੀਂ ਬੈਟਰੀ ਨਾਲ ਚਾਰਜ ਕਰ ਲਓ ਤੇ ਉਸ ਤੋਂ ਬਾਅਦ ਜਿੱਥੇ ਮਰਜ਼ੀ ਲਈ ਜਾਓ ਤੇ ਯੂਜ਼ ਕਰੋ, ਜਦੋਂ ਪਿਛਦੋਂ ਆਪਣਾ ਰਿਚਾਰਜ ਖਤਮ ਹੋ ਜਾਏ ਫਿਰ ਦੁਬਾਰਾ ਤੋਂ ਚਾਰਜ ਹੋ ਜਾਏਗਾ। ਬੈਕਅਪ ਕਿੰਨਾ ਕਾ ਜੀ ਇਹਦਾ? ਕਾਫੀ ਲੰਮਾ ਬੈਕਅਪ ਹੈ ਜੀ, 6-7 ਘੰਟੇ ਦਾ ਬੈਕਅਪ ਆ। ਠੀਕ ਹੈ ਠੀਕ। ਹਾਰਨ ਵੀ ਇਹਦੇ ਵਿੱਚ? ਹਾਂਜੀ, ਹਾਰਨ ਹੋਈ ਜੀ। ਠੀਕ ਹੈ। ਇਹ ਭਾਜੀ ਡਰਮ ਲਿਫਟਰ ਆ। ਅੱਛਾ। ਇਹ ਡਰਮ ਰੱਖ ਕੇ ਅੱਗੇ ਪਿੱਛੇ ਕਿਤੇ ਵੀ ਯੂਜ਼ ਕਰ, ਦੇਖੋ 500 ਕਿਲੋ ਡਰਮ ਹੈ, ਲਿਫਟ ਕਰਨਾ ਬੜਾ ਮੁਸ਼ਕਿਲ ਹੈ। ਇਹ ਬਣਿਆ ਸ਼ੇਪ ਜੀ, ਡਰਮ ਦੀ ਸ਼ੇਪ ਬਣੀ ਹੋਈ ਹੈ। ਹਾਂ, ਡਰਮ ਦੀ ਸ਼ੇਪ ਬਣੀ ਦੀ ਹੈ ਨਾ। ਇਹਨੂੰ ਡਰਮ ਰੱਖ ਕੇ ਇਹਨੂੰ ਜਿੱਦਾਂ ਮਰਜ਼ੀ ਅੱਗੇ ਪਿੱਛੇ ਲੈ ਜਾ। ਅੱਛਾ, ਡਰਮ ਵਾਸਤੇ ਅੱਗੇ ਪਿੱਛੇ ਲਿਆ ਲੂ, ਜਿਵੇਂ ਤੇਲ ਵਾਲੇ ਡਰਮ ਹੋ ਗਏ, ਤੇਲ ਵਾਲੇ ਡਰਮ, ਸੰਦਲ ਵਾਲੇ ਡਰਮ, ਕਿਸੇ ਚੀਜ਼ ਦੇ ਵੀ ਡਰਮ। ਠੀਕ ਹੈ, 500 ਕਿਲੋ 700 ਕਿਲੋ ਅੱਜ ਤੱਕ ਐਸਟੀ ਵਾਲੇ ਡਰਮ, ਕੋਈ ਦਿੱਕਤ ਨਹੀਂ। ਇਹ ਵੀ ਇਹੀ ਹੈ ਜੀ ਭਾਜੀ, 3-wheel ਟਰਾਲੀ ਹੈ। ਠੀਕ ਹੈ, ਇਹ ਤਰ੍ਹਾਂ ਹੀ ਹੈ। ਇਹ ਥੋੜੇ ਛੋਟੇ ਡਰਮਾਂ ਵਾਸਤੇ, ਥੋੜੇ ਵੱਡੇ ਡਰਮਾਂ ਵਾਸਤੇ। ਠੀਕ ਹੈ ਜੀ। ਇਹ 3-wheel ਹੈ, ਇਹ 4-wheel ਹੈ, 3-wheel ਹੈ। ਇਹ ਸਰ ਪਹਿਲੇ ਟਰੱਕ ਹੈ ਜੀ। ਅੱਛਾ ਜੀ। ਇਹ 6 ਇੰਚ ਤੱਕ ਚੁੱਕਿਆ ਜਾਂਦਾ ਵਾ ਹਾਈਡ੍ਰੋਲਿਕ। ਹਾਈਡ੍ਰੋਲਿਕ ਠੀਕ ਹੈ, ਇਹ ਦੇਖੋ ਜੀ। ਠੀਕ ਹੈ ਠੀਕ ਹੈ, ਓਕੇ ਜੀ। ਤੁਸੀਂ ਇਹਦੇ ਉੱਪਰ ਕੋਈ ਵੀ ਚੀਜ਼ ਲੋਡ ਕਰਕੇ ਉਹਨੂੰ ਅੱਗੇ ਪਿੱਛੇ ਜਿੱਦਾਂ ਮਰਜ਼ੀ ਲੈ ਜਾਓ। ਠੀਕ ਹੈ ਜੀ। 3 ਟਨਾਂ ਦੀ ਕਪੈਸਿਟੀ ਹੈ ਜੀ। ਅੱਛਾ, 3 ਟਨ ਤਾਂ? ਬਿਲਕੁਲ ਜੀ, 3 ਟਨ ਕਪੈਸਿਟੀ, ਹੈਵੀ ਡਿਊਟੀ ਮਾਲ ਹੈ ਜੀ। ਤੇ ਇਹਦੇ ਨਾਲ ਹੀ ਇੱਕ ਜਿਵੇਂ ਇੱਥੇ ਲਿਖਿਆ 1 ਟਨ 2 ਟਨ। ਇਹ ਸਰ ਇਹ ਇੰਜਨ ਕੱਢਣ ਵਾਲੀ ਕਰੇਨ ਹੈ ਜੀ, ਇਹ ਵੀ ਹਾਈਡ੍ਰੋਲਿਕਲੀ ਵਰਕ ਕਰਦੀ ਹੈ ਜੀ। ਇਹਦੇ ਨਾਲ ਥੱਲੇ ਹੁੱਕ ਲੱਗਾ ਦਾ ਜੀ, ਇਹ ਹਾਈਡ੍ਰੋਲਿਕ ਹੈ ਜੀ ਇਹਦਾ। ਇਹਦੇ ਨਾਲ ਇਹਨੂੰ ਗੇੜ ਕੇ ਉੱਪਰ ਨੀਚੇ 3 ਟਕਨ ਇਹ ਵੀ ਬਾਹਰ ਨਿਕਲ ਆਉਂਦਾ ਜੀ। ਇਹ ਦੇਖੋ, ਜਿਹੜਾ 3 ਟਨ ਹੈ, 2 ਟਨ ਹੈ, 1 ਟਨ ਹੈ, ਇਹ ਚੀਜ਼ ਜਿਹੜੀ ਹੈ ਬਾਹਰ ਆ ਜਾਂਦੀ ਹੈ। ਜਦੋਂ ਆਪਾਂ ਇਸ ਤੋਂ ਬਾਅਦ ਅੰਦਰ ਆਉਂਦੇ ਜੀ, ਅੰਦਰ ਤੁਹਾਡੇ ਕੋਲ ਇਹ ਇੱਕ ਤਾਂ ਤਾਰਾਂ ਹੋਣਗੇ, ਇੱਕ ਸੰਗਲ ਕਾਫੀ ਪਏ ਹੋਏ। ਇਹ ਸਰ ਅਲੋਏ ਸਟੀਲ ਗ੍ਰੇਡ 80 ਦਾ ਸੰਗਲ ਹੈ ਜੀ। ਅੱਛਾ ਜੀ, ਸਭ ਤੋਂ ਮਜ਼ਬੂਤ ਸੰਗਲ ਹੈ ਜੀ, ਟੈਸਟਡ ਮਾਲ ਹੈ, ਬਹੁਤ ਵਧੀਆ ਕੁਆਲਿਟੀ ਹੈ। ਇਹਦੇ ਬਾਈ ਅਲੱਗ ਅਲੱਗ ਸਾਈਜ਼ ਹੈ? ਬਿਲਕੁਲ ਜੀ, 6 mm ਤੋਂ ਲੈ ਕੇ 16 mm ਤੱਕ ਅਵੇਲੇਬਲ ਹੈ ਜੀ, ਰੈਡੀ ਸਟਾਕ ਹੈ ਹਰ ਵੇਲੇ। ਜਿਹੜਾ ਤੁਸੀਂ MM ਕਹਿੰਦੇ ਇਹਦੇ ਸਰੀਏ ਦੀ? ਹਾਂਜੀ ਹਾਂਜੀ, ਬਿਲਕੁਲ ਜੀ। ਠੀਕ ਹੈ ਜੀ।
ਯਾਨੀ ਇਹ ਸਰੀਆ ਜਿੰਨਾ ਮੋਟਾ ਬਿਲਕੁਲ ਇਸ ਤੋਂ ਬਾਅਦ ਜਿਵੇਂ ਤਾਰਾਂ ਆਈਆਂ ਜੀ ਬਿਲਕੁਲ ਜੀ ਇਹ ਵਾਇਰੋਪ ਹੈ ਜੀ ਇਹਨੂੰ ਵਾਇਰੋਪ ਕਹਿੰਦੇ ਜੀ ਸਟੀਲ ਵਾਇਰੋਪ ਹੈ ਹਾਈ ਕਾਰਬਨ ਵਾਇਰੋਪ ਹੈ ਜੀ ਅੱਛਾ ਇਹਨੂੰ ਮਤਲਬ ਟੈਸਟਿਡ ਮਾਲ ਹੈ ਬਹੁਤ ਵਧੀਆ ਕੁਆਲਿਟੀ ਦਾ ਮਾਲ ਹੈ ਜਿਹੜਾ ਰੱਸਾ ਵਾ ਉਹ ਬਹੁਤ ਵਧੀਆ ਕੁਆਲਿਟੀ ਹੈ ਲਿਫਟਾਂ ਦੇ ਵਿੱਚ ਤੁਹਾਡੇ ਜਿਹੜੇ ਸਾਡੇ ਭਰਾ ਮੋਟਰ ਵਗੈਰਾ ਦਾ ਕੰਮ ਕਰਦੇ ਹੈ ਆਪਣਾ ਕੀ ਕਹਿੰਦੇ ਬੋਰਿੰਗ ਦਾ ਕੰਮ ਕਰਦੇ ਹੈ ਉਹਦੇ ਵਿੱਚ ਬਹੁਤ ਯੂਜ਼ ਹੁੰਦੀ ਹੈ ਟੋਚਨ ਦੇ ਵੀ ਬਹੁਤ ਬਹੁਤ ਜਗ੍ਹਾ ਕੰਮ ਆਉਂਦੀ ਹੈ ਜੀ ਬਹੁਤ ਵਧੀਆ ਕੁਆਲਿਟੀ ਦੀ ਵਾਇਰੋਪ ਹੈ ਸਾਡੇ ਕੋਲ 1.5 mm ਤੋਂ ਲੈ ਕੇ 38 mm ਤੱਕ ਰੈਡੀ ਸਟਾਕ ਹੈ ਅੱਛਾ ਜੀ 1.5 mm ਤੋਂ ਲੈ ਕੇ ਇਹਦੀ ਫਿਰ ਤੁਸੀਂ ਤੋਲ ਕੇ ਦਿੰਦੇ ਨਹੀਂ ਨਹੀਂ ਸਰ ਇਹ ਮੀਟਰ ਦਾ ਸਾਨੂੰ ਫੁੱਟਾਂ ਦੇ ਹਿਸਾਬ ਨਾਲ ਆਉਂਦੀ ਹੈ ਜੀ ਫੁੱਟਾਂ ਦੇ ਹਿਸਾਬ ਨਾਲ ਆਉਂਦੀ ਹੈ ਬਿਲਕੁਲ ਜੇ ਇਹਦੀ ਆਪਾਂ ਮੋਟਾ ਮੋਟਾ ਕੀਮਤ ਦੀ ਅੰਦਾਜ਼ਾ ਲਾਈਏ ਤਾਂ ਸਰ 1.5 mm ਤੋਂ ਲੈ ਕੇ 38 mm ਤੱਕ ਲੈ ਤੁਸੀਂ ਇਹ ਜਿਹੜੀ ਸ਼ੁਰੂਆਤ ਹੋ ਜਾਂਦੀ ਹੈ ਇਹ 2-3 rupees per foot ਤੋਂ ਸਟਾਰਟ ਹੋ ਜਾਂਦੀ ਹੈ ਅੱਛਾ ਠੀਕ ਹੈ ਜਿਹੋ ਜਿਹਾ ਆਪਾਂ ਨੂੰ ਚਾਹੀਦਾ ਉਸ ਰੇਟ ਬਿਲਕੁਲ ਇੱਕ ਆਹ ਮਸ਼ੀਨ ਪਈ ਇਹਦੇ ਉੱਪਰ ਆਹ ਵਾਲੀ ਜੀ ਇਹਦੇ ਬਾਰੇ ਦੱਸੋ ਇਹ ਸਰ ਲਿਫਟਿੰਗ ਮਸ਼ੀਨ ਹੈ ਜੀ ਹਾਂ ਇਹ ਆਪਣਾ ਕੀ ਕਹਿੰਦੇ ਇਹਦੇ ਅੰਦਰ 100 meter ਵਾਇਰ ਰੋਪ ਹੈ ਰੱਸਾ ਦੇ ਅੰਦਰ ਜਿਹੜਾ ਤੁਸੀਂ ਦੱਸਾਂ ਦੇਖ ਰਹੇ ਹੋ ਇਹ 100 meter ਰੱਸਾ ਹੈ ਅੱਛਾ ਜੀ ਇਹ 3 phase ਹੈ ਅੱਛਾ 1 ton ਦੀ ਕਪੈਸਿਟੀ ਹੈ ਠੀਕ ਹੈ ਬਹੁਤ ਵਧੀਆ ਕੁਆਲਿਟੀ ਦੀ ਹੈ ਜੀ 100 meter ਵਾਇਰ ਰੋਪ ਕਿਹਨੂੰ ਕਹਿੰਦੇ 100 meter ਦਾ ਮਤਲਬ ਹੋ ਗਿਆ 350 feet ਹਾਂ 350 feet ਹੋ ਗਿਆ 350 feet ਵਾਇਰ ਰੋਪ ਹੈ ਜੀ ਇਹਦੇ ਅੰਦਰ ਹਾਂ ਜੀ 3 phase ਹੈ ਜੀ ਬਹੁਤ ਹੈਵੀ ਡਿਊਟੀ ਹੈ 1 ton ਦੇ ਲਿਫਟਾਂ ਵਿੱਚ ਕੋਈ ਕਿਸੇ ਬੰਦੇ ਨੇ ਮਾਲ ਖਿੱਚਣਾ ਹੈ ਕੁਝ ਕਰਨਾ ਬਹੁਤ ਜਗ੍ਹਾ ਯੂਜ਼ ਹੁੰਦਾ ਜੀ ਲਿਫਟਿੰਗ ਲਈ ਜਿਵੇਂ ਤੁਸੀਂ ਉਹ ਸਾਹਮਣੇ ਉੱਪਰ ਲਾਈ ਹੋਈ ਹੈ ਇਹ ਸਰ ਕਰੇਨ ਹੈ ਜੀ ਚਲਾ ਕੇ ਦਿਖਾਓ ਜੀ ਠੀਕ ਹੈ ਜੀ ਇਹ ਸਾਡੀ ਕਰੇਨ ਹੈ ਜੀ ਇਹਨਾਂ ਨਾਲ ਟਰਾਲੀ ਆਏਗੀ ਅੱਗੇ ਪਿੱਛੇ ਲੈਫਟ ਰਾਈਟ ਪਲੱਸ ਅਪ ਡਾਊਨ ਇਹ ਨਲੇ ਤਾਂ ਮਤਲਬ ਤੁਸੀਂ ਡੈਮੋ ਰੱਖ ਲਿਆ ਨਲੇ ਮਤਲਬ ਕਿ ਇਹ ਚੀਜ਼ ਬਿਲਕੁਲ ਸਾਡੇ ਆਪਣੇ ਵੀ ਕੰਮ ਆ ਜਾਏਗੀ ਪਲੱਸ ਡੈਮੋ ਦਾ ਵੀ ਕਬ ਦੋਵਾਂ ਦਾ ਕਬ ਹਾਂ ਜੀ ਬਿਲਕੁਲ ਠੀਕ ਹੈ ਇਸ ਤੋਂ ਬਾਅਦ ਆ ਗਈ ਜੀ ਮੰਕੀ ਕਰੇਨ ਇਹ ਮੰਕੀ ਕਰੇਨ ਆ ਗਈ ਜੀ ਇਹ ਅੱਜਕੱਲ ਜੀ ਤੁਹਾਡਾ ਜਿਹੜਾ ਤੁਸੀਂ ਦੇਖ ਰਹੇ ਹੋ ਕਿ 10-12 ਮੰਜ਼ਿਲਾਂ ਇਮਾਰਤਾਂ ਬਣ ਰਹੀਆਂ ਹਾਂ ਜੀ ਤੇ ਮਜ਼ਦੂਰਾਂ ਵਿੱਚ ਇੰਨੀ ਜਾਨ ਨਹੀਂ ਕਿ ਵਿਚਾਰੇ ਸਰੀ ਆਪਣਾ ਸਮਾਨ ਚੁੱਕੇ ਇੱਟਾਂ ਵਗੈਰਾ ਰੇਤ ਵਗੈਰਾ ਚੁੱਕੇ ਉੱਪਰ ਲੈ ਕੇ ਜਾ ਸਕਣ ਸੀਮਿੰਟ ਚੁੱਕੇ ਲੈ ਕੇ ਜਾ ਕਰਨਾ ਇਹ ਲਗਾ ਦਿੰਦੇ ਆ ਜੀ ਇਹਦੇ ਅੰਦਰ 60 meter ਵਾਇਰ ਰੋਪ ਹੈ 60 meter ਵਾਇਰ ਰੋਪ ਦਾ ਮਤਲਬ ਹੋ ਗਿਆ ਮੋਟਾ ਮੋਟੀ 180-90 feet ਵਾਇਰ ਰੋਪ ਹੈ ਜੀ ਇਹਦੇ ਅੰਦਰ ਜਿਹੜਾ ਲੋਹੇ ਦਾ ਰੱਸਾ ਹੈ ਬਹੁਤ ਵਧੀਆ ਚੀਜ਼ ਹੈ ਜੀ 300-400 kilos ਵਜ਼ਨ ਚੁੱਕਣ ਵਾਸਤੇ ਬਹੁਤ ਵਧੀਆ ਚੀਜ਼ ਹੈ ਕੋਈ ਦਿੱਕਤ ਨਹੀਂ ਹੈ ਜੀ ਵੈਸੇ ਤੇ ਕੱਟ ਇਹ ਜੀ ਉਹ ਕਹਿੰਨੂੰ 500 ਕਿਲੋ ਹੁੰਦੀ ਹੈ ਪਰ 300-400 kilos ਵਾਸਤੇ ਬਹੁਤ ਵਧੀਆ ਜੀ ਠੀਕ ਹੈ ਜੀ ਬਾਕੀ ਇਹਦੇ ਨਾਲ ਆ ਵਾਲਾ ਰਿਮੋਟ ਹੈ ਜੀ ਨਾਲ ਕਲੱਚ ਹੈ ਜੀ ਠੀਕ ਹੈ ਇਹ ਕਲੱਚ ਹੈ ਨਾਲ ਆਮ ਜਿਵੇਂ ਕੁਝ ਲੋਕ ਆਪਾਂ ਦੇਸੀ ਬਣੀਆਂ ਹੁੰਦੀਆਂ ਉਹਦੇ ਨਾਲ ਇਹਦਾ ਥੋੜਾ ਜਿਹਾ ਭਾਈ ਇਹ ਪ੍ਰੋਪਰ ਕੰਪਨੀ ਮੇਡ ਹੈ ਹੁਣ ਤੁਸੀਂ ਦੇਖੋ ਕੀ ਹੁੰਦਾ ਹੈ ਜਦੋਂ ਦੇਸੀ ਵਾਲੀ ਹੁੰਦੀਆਂ ਮੈਂ ਉਹ ਸਿੰਗਲ ਪੀਸ ਆਉਂਦਾ ਹੈ ਹਾਂਜੀ ਤੁਸੀਂ ਇੱਕ ਮੰਜੇ ਤੋਂ ਦੂਜੇ ਮੰਜੇ ਲੱਗ ਜਾਣਾ ਤੁਹਾਨੂੰ ਬਹੁਤ ਦਿੱਕਤ ਆਣੀ ਹੈ ਨਹੀਂ ਜਾਂਦੀਆਂ ਇਹਦੇ 3 pieces ਹੋ ਜਾਂਦੇ ਆ 4 pieces ਇੱਕ ਪੀਸ ਹੈ ਵੱਖਰਾ ਇਹ ਵੱਖਰਾ ਇਹ ਵੱਖਰਾ ਇਹ ਵੱਖਰਾ ਇਹ ਵੱਖਰਾ ਆਰਾਮ ਦੇ ਨਾਲ ਇਹਨਾਂ ਨੂੰ ਜਿਹੜੀ ਮਰਜ਼ੀ ਜਗ੍ਹਾ ਖੋਲ ਕੇ ਲੈ ਜਾਓ ਤੇ ਫਿੱਟ ਕਰ ਲਓ ਕੋਈ ਦਿੱਕਤ ਨਹੀਂ ਹੈ ਮੋਟਰ ਕਿੰਨੇ HP ਦੀ ਲੱਗੀ ਹੈ ਜੀ ਮੋਟਰ 2.2 kW ਦੀ ਹੈ ਜੀ ਅੱਛਾ ਠੀਕ ਹੈ ਜੀ 3 HP ਹੋ ਗਈ 3 HP ਸਿੰਗਲ ਫੇਜ ਸਿੰਗਲ ਫੇਜ ਠੀਕ ਹੈ ਸਰ ਇਹ ਲਿਫਟਿੰਗ ਬੈਲਟ ਹੈ ਜੀ ਹਾਂਜੀ ਅੱਛਾ ਇਹਦੀ ਵੀ ਕਪੈਸਿਟੀ ਤੇ ਲੈਂਥ ਵਗੈਰਾ ਹੁੰਦੀ ਹੋਊਗੀ ਜੀ ਹਾਂਜੀ ਬਿਲਕੁਲ ਜੀ ਠੀਕ ਹੈ ਜੀ ਇਹ ਆਪਣੇ ਕੋਲ 1 ton ਤੋਂ ਲੈ ਕੇ 20 ton ਤੱਕ ਅਵੇਲੇਬਲ ਹੈ ਜੀ ਰੈਡੀ ਸਟਾਕ ਹੈ ਠੀਕ ਹੈ ਜੀ 1 ਮੀਟਰ ਤੋਂ ਲੈ ਕੇ 10 ਮੀਟਰ ਤੱਕ ਅਵੇਲੇਬਲ ਹੈ ਇਹ ਜਿਹੜਾ ਬ੍ਰਾਂਡ ਆ ਮੈਂ ਵਿਟਸ ਤੇ ਤਕਰੀਬਨ ਚੈਨ ਕੁੱਪੀਆਂ ਵੀ ਇਹੀ ਆ ਬਿਲਕੁਲ ਜੀ ਹਰ ਆਈਟਮ ਵਿਟਸ ਬ੍ਰਾਂਡ ਦੀ ਹੈ ਜੀ ਇੱਥੇ ਕੋਈ ਰਸਾ ਹੋਵੇ ਚਾਹੇ ਚੈਨ ਕੁੱਪੀਆਂ ਕੁਝ ਵੀ ਇਹ ਵੀ ਇਸ ਚੀਜ਼ ਦੀ ਮਤਲਬ ਕਿ ਗਾਰੰਟੀ ਵਾਰੰਟੀ ਵੀ ਹੁੰਦੀ ਕੋਈ ਸਰ ਇਹਨੂੰ ਹੋਵੇ ਕੁਝ ਨਹੀਂ ਅੱਛਾ ਹੈਵੀ ਡਿਊਟੀ ਮਾਲ ਹੈ ਆਪਣਾ ਵੈਵਿੰਗ ਫਿਲਿੰਗਸ ਹੈ ਇਹਨੂੰ ਕੀ ਦਿੱਕਤ ਆ ਕਪੜਾ ਹੈਵੀ ਡਿਊਟੀ ਕਪੜਾ ਬਹੁਤ ਵਧੀਆ ਮਟੀਰੀਅਲ ਹੈ ਜਿਹੜਾ ਕਹੇਗਾ ਬਾਕੀ ਚੀਜ਼ ਲੈ ਕੇ ਜਾਏ ਇਹਨੂੰ ਬਸ ਕੁਝ ਤਿੱਖਾ ਨਹੀਂ ਵੱਜਣਾ ਚਾਹੀਦਾ ਭਾਜੀ ਅੱਛਾ ਬਲੇਡ ਵਗੈਰਾ ਨਾ ਬਲੇਡ ਵਗੈਰਾ ਨਹੀਂ ਵੱਜਣਾ ਕੁਝ ਚਾਹੀਦਾ ਕੋਈ ਤਿੱਖਾ ਵਗੈਰਾ ਨਾ ਯੂਜ਼ ਹੋਵੇ ਬਾਕੀ ਨੂੰ ਕੋਈ ਦਿੱਕਤ ਤੁਸੀਂ ਇਹ ਦੇਖ ਰਹੇ ਹੋ 5 ਟਨ ਦੀ ਹੈ 5 ਟਨ ਇਹ ਫਲੇ 5 ਟਨ ਦੀ ਹੈ ਜੇ ਤੁਸੀਂ ਦੇਖ ਰਹੇ ਹੋ ਹੁਣ ਜਿਸ ਤਰ੍ਹਾਂ ਇਹ 1 ਟਨ ਦੀ ਹੈ ਠੀਕ ਹੈ ਇਹ 2 ਟਨ ਦੀ ਹੈ ਠੀਕ ਹੈ ਜੀ ਇਹ 3 ਟਨ ਦੀ ਹੈ ਤੇ ਇਹਦੀ ਕੀਮਤ ਅੰਦਾਜ਼ਨ ਇਹ ਲੈਂਥ ਦੇ ਹਿਸਾਬ ਨਾਲ ਲੈਂਥ ਦੇ ਹਿਸਾਬ ਨਾਲ ਜੀ 1 ਮੀਟਰ ਤੋਂ ਲੈ ਕੇ 10 ਮੀਟਰ ਤੱਕ 1 ਟਨ ਤੋਂ ਲੈ ਕੇ 20 ਟਨ ਤੱਕ ਅਵੇਲੇਬਲ ਹੈ ਜੀ ਰੈਡੀ ਸਟਾਕ ਹੈ ਠੀਕ ਹੈ ਇਹ ਕਾਫੀ ਅੱਜ ਕੱਲ ਲੋਕ ਵਰਤ ਰਹੇ ਬਿਲਕੁਲ ਜੀ ਬਹੁਤ ਕਰੇਨਾ ਵਾਲੇ ਦੂਜੇ ਨਿਸ਼ਾਨ ਦੀ ਬੰਦੇ ਨਾ ਸੰਗਲ ਨਾਲ ਕਿਸੇ ਚੀਜ਼ ਨਾਲ ਚੁੱਕਣਗੇ ਨਿਸ਼ਾਨ ਪਏਗਾ ਮਸ਼ੀਨ ਨੂੰ ਕਿਸੇ ਇਹਨੂੰ ਕੋਈ ਨਿਸ਼ਾਨ ਨਹੀਂ ਆਰਾਮ ਨਾਲ ਨਾਲੇ ਈਜ਼ੀ ਟੂ ਕੈਰੀ ਜਿੱਥੇ ਮਰਜ਼ੀ ਕਰਕੇ ਲੈ ਜਾਓ ਕੋਈ ਮਤਲਬ ਕੋਈ ਦਿੱਕਤ ਨਹੀਂ ਤੇ ਜੇ ਆਪਾਂ ਇਧਰੋਂ ਹੋਸਟ ਦੀ ਗੱਲ ਕਰਦੇ ਆ ਹੋਸਟ ਜੀ ਆਪਣੇ ਕੋਲ ਪੀਏ 200 ਤੋਂ ਸ਼ੁਰੂ ਹੈ ਅੱਛਾ ਜੀ ਤੇ ਪੀਏ 200 ਪੀਏ 600 ਉਸ ਤੋਂ ਬਾਅਦ ਪੀਏ 1500 ਠੀਕ ਹੈ ਜੀ ਦੈਨ ਪੀਏ 2000 ਠੀਕ ਹੈ ਜੀ ਇਹ ਮਤਲਬ ਕਿ ਜੇ ਆਪਾਂ 2000 ਮੰਨ ਕੇ ਚੱਲੀਏ 2000 ਕਿਹਨੂੰ ਕਹਿ ਰਹੇ ਹੋ ਤੁਸੀਂ ਸਰ ਇਹ ਕੀ ਹੁੰਦਾ ਵੈ ਇਹ ਮਾਡਲ ਹੈ ਲੋਕ ਕਹਿ ਕੇ ਵੇਚਣਗੇ ਜੀ 2000 ਦਾ ਮਤਲਬ 2 ਟਨ ਹੈ ਨਹੀਂ ਉਹ ਨਹੀਂ ਹੈ ਅੱਛਾ ਬੇਸਿਕਲੀ ਇਹ ਮਾਡਲ ਹੁੰਦੇ ਹੈ ਜਿਹੜੀ ਪੀਏ 2000 ਮਾਡਲ ਹੈ ਉਹ ਸਭ ਤੋਂ ਹੈਵੀ ਡਿਊਟੀ ਮਾਡਲ ਹੈ ਇਹ ਐਕਚੁਅਲੀ ਵਿੱਚ 100 ਕਿਲੋ ਤੋਂ ਲੈ ਕੇ 50 ਕਿਲੋ ਤੋਂ ਲੈ ਕੇ ਸਮਝ ਲਓ ਤੁਸੀਂ 700-800 kilos ਤੱਕ ਕਾਮਯਾਬ ਹੈ ਇਸ ਤੋਂ ਉੱਪਰ ਫਿਰ ਇਹ ਵਾਲੀ ਚੀਜ਼ ਕਾਮਯਾਬ ਨਹੀਂ ਫਿਰ ਦੂਸਰੀਆਂ ਇਹ ਵਾਲੀਆਂ ਹੋਸਟਾਂ ਤੇ ਜਾਂ ਫਿਰ ਜਿਹੜੀ ਤੁਹਾਨੂੰ ਮੈਂ ਬਾਹਰ ਵੱਡੀ ਦਿਖਾਈ ਸੀਗੀ ਵੱਡੀ ਵਾਲੀ ਉਹ ਹੋਸਟ ਕਾਮਯਾਬ ਹੈ ਤੇ ਇਹਦੇ ਵਿੱਚ ਜਿਵੇਂ ਆਹ ਵਾਲੀ ਇਹ ਚੇਨ ਹੋਸਟ ਹੈ ਜੀ ਅੱਛਾ ਜੀ ਇਹ ਬਹੁਤ ਹੈਵੀ ਡਿਊਟੀ ਚੇਨ ਹੋਸਟ ਹੈ ਜੀ ਹੁਣ ਦੋ ਮਾਡਲ ਲੱਗੇ ਨੇ ਹਾਂ ਜਿਹੜਾ
संगल सारा कट्ठा हो गया, कट्ठा हो जाएगा, ठीक है, बाहर नहीं निकलेगा, ठीक है जी। एक टन तो लैके 10 टन तक रेडी स्टॉक है, ठीक है जी। उस तो बाद एक जी ये मॉडल ए, उस तो थोड़ा मीडियम ड्यूटी है ये वाला जी। हाँ जी, ए अच्छा। पिछे देखो ना, पिछले मोटर गड्डी वड्डी सी, ए थोड़ी मोटर इधर, अच्छा अच्छा हाँ, ठीक है ना, छोटी फर्क है, हाँ। थोड़ा उस तो मीडियम है। और चलो जे कहे दा काम, हर तरह का, हर तरह का कस्टमर है जी, हर तरह हर बंदे नू अपने भी रिक्वायरमेंट है। बिल्कुल जी, बिल्कुल, कोई बंदा इनू पसंद करता है, कोई बंदा उन्हू पसंद करता है। बिल्कुल जी, एदे नाल ही ए वाला एक क्रेन स्केल पिया है ना जी, एक क्रेन स्केल पिया जी। हाँ जी, ये किन्ने दे अपना सर? 2 टन तो लेके 10 टन तक है जी कैपेसिटी, रेडी स्टॉक अपने को, ठीक है जी। जेना 2 टन वाला है वो थोड़े वजन तो लेके 2 टन तक वजन दसेगा, 10 टन वाला 10 टन तक वजन दसेगा, 2 टन 3 टन 5 टन 10 टन इधर आते हैं। इस तो बाद आ गई चैन कुप्पियां है ना? बिल्कुल जी, ठीक है जी। ये बच्चे चाइना की चैन कुप्पी भी आती सर? चाइना की चेन ब्लॉक आती है जी, वो है। अच्छा वाली है? हाँ जी बिल्कुल, ठीक है जी। वो वाला मॉडल है जो चाइना वाला मॉडल भी है, वो भी अच्छी क्वालिटी है। एक चाइना भी जो नॉर्मल मॉडल आ रहे बहुत हल्का आ रही, चेन वगैरह बहुत हल्की आ रही है। तुम देखो ये चेन की क्वालिटी, देखो जी माल है, वो लोगों की कलियां चेना आ रही है, हाथ खिंचन वाली है, वधिया क्वालिटी का माल है चाइना भी। चाइनीज है, ठीक है जी। उस तो बाद जी ए वाली है इंडियन माल है जी, बहुत हैवी ड्यूटी माल है। ये भी एक टन, एक टन तो लेके 2 टन 3 टन लोटक ब्रांड है जी, ए साडा प्रीमियम ब्रांड है जी विट्स। अच्छा जी, लोटक जो नॉर्मल ब्रांड है, मीडियम ड्यूटी ब्रांड है, ठीक है। जोड़ा साडा विट्स ब्रांड है, ए साडा सब तो हैवी ड्यूटी ब्रांड है। इस तो उपर चेन को भी हुंदी ही कोई, बाकी दे हुक वगैरह दस दे, बहुत हैवी सारा कुछ दसदा। हाँ जी, भी समान हैगा बाकी। हाँ जी हाँ जी हाँ जी, ये अंदाजे ना आपा की तुसी चेन दी क्वालिटी देखो ना भाजी। सही है जी, लोड चेन देखो कितना संगल चमक रहा। सही, ये जी आपा अंदाजन कीमत 1 टन तो लेके भाजी मोटा मोटी देखो चाइनीज दूजिया तीजिया 2200 तो चेन कुपी शुरू हो जाती है जी। उपर का अपने को 20 टन तक रेडी स्टॉक है, ठीक है। 50,000 तक 60,000 तक चल जाती है जी चेन कुपी। इस तरह एक वाला सर है 12 वॉट की कार विंच है जी, जी विंच। अजकल तुम्हें देखा है थार वगैरह देखे या लोगों ने अपनी शौक के ट्रैक्टर देखे हर जगह देखे 12 वॉट बैटरी ने अटैच हो जाती है। यह कित भी 12 वॉट बैटरी ने अटैच करके अपना इनू यूज कर सकते हैं। जितना 3000 LBS है, ये अपने को 4500 LBS है। उस बार सब तो यह देखो जी 13.5 LBS ਇਹਦੀ ਤਾਂ ਟੋਰ ਵੀ ਬਹੁਤ ਹੈ। ਹਾਂਜੀ ਹਾਂਜੀ, ਠੀਕ ਹੈ। ਅੱਛਾ ਇਹ ਦੇਖੋ ਵਾਇਰਲੈਸ ਰਿਮੋਟ ਆ ਜੀ, ਇਹਦੇ ਨਾਲ ਜਿਹੜਾ ਐਵਲਾ ਹੈਗਾ। ਅੱਛਾ, ਤੁਸੀਂ ਗੱਡੀ ਦੇ ਅੰਦਰ ਬੈਠੇ ਬੈਠੇ ਓਪਰੇਟ ਕਰੋ ਇਹਨੂੰ ਆਪਣੀ ਬੈਟਰੀ ਦੇ ਨਾਲ ਜੋੜ ਕੇ, ਠੀਕ ਹੈ ਜੀ। ਇਹ ਮੋਟਰ ਹੋ ਗਈ ਇਹਦੀ ਹੈ ਨਾ? ਹਾਂਜੀ ਬਿਲਕੁਲ ਜੀ ਬਿਲਕੁਲ, ਇਹ ਸਾਰੀ ਅਟੈਚਮੈਂਟ ਇਸੇ ਦੀ ਹੈ। ਬਿਲਕੁਲ ਜੀ ਬਿਲਕੁਲ, ਠੀਕ ਹੈ ਜੀ। ਜਿਹੜੇ ਐਕਸਰੀ ਗੱਡੀਆਂ ਦੇ ਅੱਗੇ ਲਾ ਲੈਂਦੇ ਅੱਜ ਕੱਲ੍ਹ ਕਾਰ ਵਗੈਰਾ ਦੇ, ਹੁਣ ਇਹ ਦੇਖੋ ਚਾਈਨੀਜ਼ ਮਾਡਲ ਮਾਡਲ ਹੈ ਜੀ, ਠੀਕ ਹੈ। ਇਹ ਦੇਖੋ ਇਹ ਚਾਈਨੀਜ਼ ਮਾਡਲ ਹੈ ਜੀ, ਇਹ ਹਲਕਾ ਵਾਲਾ ਮਾਲ ਹੈ, ਲੋਕ ਇਹ ਵੀ ਵੇਚੀ ਜਾਂਦੇ ਆ, ਠੀਕ ਹੈ। ਕੁਆਲਿਟੀ ਬਹੁਤ ਹਲਕੀ ਹੈ, ਮੋਟਰ ਵਗੈਰਾ ਵੀ ਅੰਦਰ ਹਲਕੀ ਹੈ, ਕੱਲ੍ਹ ਨੂੰ ਚੱਲੇਗੀ ਥੋੜ੍ਹੇ ਮੈਂ ਆਵਾਜ਼ ਆਉਣ ਲਈ ਪਈ ਆਉਣ ਲੱਗ ਪਏਗੀ। ਅਸੀਂ ਰੱਖੀ ਇਹ ਵੀ ਦਿਖਾਉਣ ਵਾਸਤੇ ਗਾਹ ਨੂੰ ਰੱਖੀ ਹੁੰਦੀ ਹੈ। ਬਿਲਕੁਲ ਦੇਖੋ ਜੀ, ਇਹ ਵੀ ਕੁਆਲਿਟੀ ਹੈ, ਇਹ ਵੀ ਕੁਆਲਿਟੀ ਹੈ। ਜਿਹੜੀ ਇਹ ਵਾਲੀ ਹੈ ਸਾਡੀ ਬਹੁਤ ਹੈਵੀ ਡਿਊਟੀ, ਇਹਦਾ ਤਾਂ ਆਪਸ ਕੋਈ ਮੁਕਾਬਲਾ ਹੀ ਨਹੀਂ ਹੈ। ਅਤੇ ਕੀਮਤ ਦਾ ਕਿੰਨਾ ਕੰਮ ਕਰਾ ਜੀ? ਕੀਮਤ ਤਾਂ ਸਰ ਬਹੁਤ ਫਰਕ ਹੈ ਜੀ, 2-3 ਹਜ਼ਾਰ 4 ਹਜ਼ਾਰ 5 ਹਜ਼ਾਰ ਅਕੋਰਡਿੰਗ ਟੂ ਮਾਡਲ, ਠੀਕ ਹੈ। 6 ਹਜ਼ਾਰ ਹਰ ਅਕੋਰਡਿੰਗ ਟੂ ਮਾਡਲ ਹੈ ਜੀ। ਇਹ ਬਹੁਤ ਸਸਤਾ ਚੀਜ਼ ਹੈ ਜੀ, ਇਹਦਾ ਸਪੇਅਰ ਪਾਰਟ ਬਹੁਤ ਹਲਕਾ ਹੈ, ਮੋਟਰ ਬਹੁਤ ਹਲਕੀ ਹੈ, ਇਹ ਬਹੁਤ ਹੈਵੀ ਡਿਊਟੀ ਹੈ। ਇਹਦਾ ਦੇਖਦੇ ਦੇਖ ਕੇ ਤੁਹਾਨੂੰ ਪਤਾ ਲੱਗ ਰਿਹਾ, ਦੇਖ ਫਰਕ ਫਰਕ ਦੇਖ ਕੇ ਤੁਹਾਨੂੰ ਸਮਝ ਆ ਰਿਹਾ ਹੋਏਗਾ। ਬਿਲਕੁਲ ਬਿਲਕੁਲ, ਹੁਣ ਇਹਦੇ ਵਿੱਚ ਸਾਡੇ ਕੋਈ ਆਈਟਮ ਹੈਗੀ ਵਾਇਰਲੈਸ ਰਿਮੋਟ ਦੇ ਨਾਲ। ਇਹ ਦੇਖੋ ਸਰ, ਇਹ ਕੀ ਹੈ, ਤੁਸੀਂ 100 ਫੁੱਟ ਦੂਰੀ ਤੋਂ ਜਾਂ ਟੀਵੀ ਦੇ ਰਿਮੋਟ ਦੇ ਨਾਲ ਯੂਜ਼ ਕਰਦੇ, ਟੀਵੀ ਦਾ ਰਿਮੋਟ ਸੇਮ ਹੈ ਜੀ, ਤੇ 100 ਫੁੱਟ ਦੂਰੀ ਦੇ ਨਾਲ ਵਾਇਰਲੈਸ ਤਰੀਕੇ ਨਾਲ ਰਿਮੋਟ ਜਿੱਥੇ ਮਰਜ਼ੀ ਆਪਰੇਟ ਕਰੋ। ਠੀਕ ਹੈ ਠੀਕ, ਇਹ ਸਰ ਇਹਦੇ ਨਾਲ ਇਲੈਕਟ੍ਰਿਕ ਟਰਾਲੀ ਆਉਂਦੀ ਹੈ ਜੀ, ਇਹਦਾ ਇੱਕ ਤਾਂ ਆਉਂਦੀ ਹੈ ਰਿਮੋਟ ਦਾ ਅਲੱਗ ਹੁੰਦਾ ਜੀ, ਪਿੱਛੇ ਤੁਸੀਂ ਦੇਖ ਸਕਦੇ ਹੋਵੋਗੇ ਮਾੜਾ ਜਿੰਨਾ, ਕੋਈ ਨਹੀਂ ਆਪਾਂ ਇਹਦੇ ਨਾਲ ਪਿੱਛੇ ਮੋਟਰ ਲੱਗੀ ਦੀ ਹੈ, ਠੀਕ ਹੈ, ਅੱਗੇ ਪਿੱਛੇ ਹੋ ਜਾਂਦੀ ਹੈ ਜੀ, ਇਹਦੇ ਨਾਲ ਅਟੈਚ ਹੋ ਜਾਂਦੀ ਹੈ, ਕਿਸੇ ਨੇ ਅੱਗੇ ਪਿੱਛੇ ਕਰਨਾ, ਉੱਪਰ ਥੱਲੇ ਕਰਨਾ ਤੇ ਹੌਸ ਲੱਗ ਗਈ ਚੱਲੇ ਲੱਗ ਗਈ। ਇੱਕ ਸਿੰਗਲ ਸੈਟ ਆਉਂਦਾ ਜੀ, ਇਹ ਇੱਕੋ ਹੀ ਰਿਮੋਟ ਦੇ ਨਾਲ ਅੱਗੇ ਪਿੱਛੇ ਤੇ ਉੱਪਰ ਥੱਲੇ ਇਹ ਅਟੈਚ ਹੈ ਜੀ, ਬਟਨ ਦਿੱਤੇ ਹੋਏ ਆ ਨਾ ਜੀ? ਬਿਲਕੁਲ ਜੀ, ਇੱਕ ਅੱਗੇ ਪਿੱਛੇ ਉੱਪਰ ਨੀਚੇ। ਦੇਖੋ ਕਿੱਡੀ ਹੈਵੀ ਡਿਊਟੀ ਚੀਜ਼ ਹੈ, ਤੁਹਾਨੂੰ ਦੇਖ ਕੇ ਸਮਝ ਆ ਰਹੀ ਹੋਈ। ਅਤੇ ਮੈਂ ਇੱਥੇ ਜਿਵੇਂ ਦੇਖ ਰਿਹਾ ਜੀ, ਆਹ ਵਾਲੇ ਜਿਵੇਂ ਰੋਟਰ ਵਗੈਰਾ, ਇਹ ਕਿਸ ਚੀਜ਼ ਦੇ ਆ ਜੀ? ਸਰ ਇਹ ਹੋਸਟਲ ਦੇ ਰਾਊਟਰ ਨੇ। ਅੱਛਾ ਅੱਛਾ, ਜਿਹੜੇ ਤੁਸੀਂ ਹੋਸਟਲ ਦੇਖਿਆ ਵੀ ਨਾ, ਇਹਨਾਂ ਦੇ ਰਾਊਟਰਸ ਹੈ ਸਾਡੇ ਕੋਲ ਹੋਸਟਲਾਂ ਦੇ, ਹਰ ਤਰ੍ਹਾਂ ਦਾ ਸਪੇਅਰ ਪਾਰਟ ਐਂਡ ਇਨ ਹਾਊਸ ਅਵੇਲੇਬਲ ਹੈ, ਠੀਕ ਹੈ। ਤੁਸੀਂ ਆਮ ਲੋਕ ਜਿੱਥੋਂ ਮਰਜ਼ੀ ਹੋਸਟ ਲਵੋ, ਬਾਅਦ ਚੋਂ ਅਗਲੇ ਕਹਿੰਦੇ ਆ ਜੀ ਖਰਾਬ ਹੋ ਗਈ ਟੁੱਟ ਗਈ, ਕੋਈ ਕੁਛ ਨਹੀਂ ਹੋ ਸਕਦਾ, ਪਰ ਸਾਡੇ ਕੋਲ ਇਹ ਨਹੀਂ ਹੈ। ਇਲੈਕਟ੍ਰਿਕ ਆਈਟਮ ਦੀ ਗਰੰਟੀ ਕੋਈ ਨਹੀਂ ਹੁੰਦੀ, ਪਰ ਫੁੱਲ ਸਾਡੇ ਕੋਲ ਫੁੱਲ ਸਪੇਅਰ ਪਾਰਟ ਅਵੇਲੇਬਲ ਹੈ ਇਨ ਹਾਊਸ। ਤੁਸੀਂ ਹੋਸਟ ਲੈਂਦੇ ਹੋ, ਤੁਹਾਨੂੰ ਹਰ ਆਈਟਮ ਅੰਦਰ ਅਵੇਲੇਬਲ ਮਿਲੇਗੀ। ਬਾਈ ਸਾਹਿਬ ਤੁਹਾਡੇ ਕੋਲ ਉਸ ਤੋਂ ਇਲਾਵਾ ਤੁਹਾਨੂੰ ਕੋਈ ਲੁੱਕ ਕਿਸੇ ਕੋਲ ਵੀ ਲੈਤੀ ਹੈ ਹੋਸਟ, ਤੁਸੀਂ ਉਹ ਵੀ ਤੁਹਾਨੂੰ ਅਸੀਂ ਪ੍ਰੋਵਾਈਡ ਕਰਾਵਾਂਗੇ। ਹੁਣ ਸਾਡੇ ਕੋਲ ਇਹਦੀ ਬੋਡੀਆਂ ਤੁਹਾਨੂੰ ਮੈਂ ਦਿਖਾਉਂਦਾ ਵਾਂ। ਵੈਸੇ ਕਿਉਂਕਿ ਸਭ ਤੋਂ ਵੱਡੀ ਚੀਜ਼ ਇਹੀ ਹੁੰਦੀ ਹੈ ਜੀ, ਆਪਾਂ 1000 ਰੁਪਈਆ ਮਸ਼ੀਨ 'ਤੇ ਲਾ ਦਿੰਦੇ ਹਾਂ। ਬਿਲਕੁਲ ਜੀ, ਇੱਕ ਛੋਟਾ ਜਿਹਾ ਇਹਦਾ ਜੇ ਪਾਰਟਸ ਨਾ ਮਿਲੇ, ਬਿਲਕੁਲ ਬੇਕਾਰ ਹੋ ਜਾਏ, ਮਸ਼ੀਨ ਬੇਕਾਰ ਹੋ ਜਾਏ, ਤਾਂ ਸਾਨੂੰ ਹਰ ਤੱਕ ਹਰ ਚੀਜ਼ ਨਹੀਂ ਮਿਲੇਗੀ ਜੀ ਤੁਹਾਨੂੰ, ਠੀਕ ਹੈ ਜੀ। ਇਹਦੀ ਬੋਡੀ, ਇਹਦਾ ਰਾਊਟਰ, ਇਹਦੀ ਈਵਨ ਅੰਦਰਲੀ ਫਿਰਕੀ, ਇਹਦੀ ਹੁਕਸ,
कुछ भी ए बी सी तुहानू इहदा खराब होया इहदा रस्ता कुछ भी इहदी चीज़ चाहिए है तुहानू इन हाउस अवेलेबल मिलेगी क्योंकि पहला तो इन्हां दी वरतों इन्नी ज्यादा नहीं हुंदी सी अजकल अजकल दे बहुत चल रही है जी हुण देखो इहदी एल्यूमीनियम बॉडी टूट जांदी है जी हां इह बाजू बॉडी मिलदी कि तुहानू जी इह बेकार हो जांदी है इह साडे कोल इन स्टॉक अवेलेबल है जी ठीक ठीक है एल्यूमीनियम बॉडी बिल्कुल चेन ब्लॉक का भी सर को हर तरह का स्पेयर पार्ट अवेलेबल है जी ठीक है चेन ब्लॉक कोई प्रॉब्लम आती है कोई दिक्कत आती है अपने को हर तरह का स्पेयर पार्ट अवेलेबल है लॉक होंगे हैं स्प्रिंग्स वगैरह होंगे निकी निकी आइटम शाफट हो गई रूले खराब हो जाते हैं बिल्कुल डिस्क खराब हो जाती है गरानिया खराब हो जाती है हैंडवील खराब हो जाते हैं अपने को हर चीज अवेलेबल है जी कोई दिक्कत नहीं है इन कहते हैं जी लीवर ब्लॉक ठीक है जी 0.75 टन तो 0.75 टन है जी ए वाला वाला मॉडल जो देख रहे हो अदरला प्रोजेक्ट वाले लोग जिन्होंने कोई चीज पाइपा जोड़नी है कुछ करना बहुत काम आती चीज है जी हैंड पुलर हैंड पुलर है जी यह भी कोई चीज़ा दो चीज़ा तुम आपस खिंच के एक इकनू इधरों फड़िया एक नू इधरों कपाई तो इनू अदरों का गेट के कूल कर सकते ठीक है उस तो बाद ये भी काम दी जी या काम दो का उस तो बाद एक गियर भी पया है हां जी हां जी रिडक्शन गियर बॉक्स है जी ए लिफ्टा नु मशीना नु लग रहे हैं जी ए भी अपने को सब तरह दे अवेलेबल है और काफी चल हां जी बहुत चलते हैं जी 1.5 इंच तो शुरू है जी ए विंच है जी 3 फेज दी ए वाली हां जी बिल्कुल जी चलो 100 मीटर रसा जी इधर 3 फेज दी विंच है जी ए भी बहुत हैवी ड्यूटी भगा जी 750-1500 किलो कहते हैं जी इनू टन तक 1500 किलो तक खींचती है जी बहुत कामयाब चीज है जी ए भी 3 फेज दे विच इतना ही ਇਹ ਸਿੰਗਲ ਫੇਸ ਮਾਡਲ ਹੈ ਜੀ ਇਹਦਾ ਅੱਛਾ ਜੀ ਉਹ 3 ਫੇਸ 'ਚ ਵੀ ਕਈ ਲੋਕ ਸਿੰਗਲ ਫੇਸ ਕਹੀਏ ਉਹ 3 ਫੇਸ ਦੀ ਦਿੱਕਤ ਹੁੰਦੀ ਹੈ ਸਪਲਾਈ ਸੇਮ ਮਾਡਲ ਸਿੰਗਲ ਫੇਸ 'ਚ ਹੈ ਜੀ ਠੀਕ ਹੈ ਜੀ ਇਹ ਵੀ 100 ਮੀਟਰ ਸੇਮ ਨਾਲ ਹੈ ਜੀ ਬਹੁਤ ਹੈਵੀ ਡਿਊਟੀ ਮਾਲ ਹੈ ਜੀ ਇਹ 2 ਟਨ ਤੱਕ ਅਵੇਲੇਬਲ ਹੈ ਜੀ ਇਹ ਆ ਗਈ ਹੈ ਜੀ ਹੈਂਡ ਵਿੰਚਾਂ ਹਾਂਜੀ ਠੀਕ ਹੈ ਇਹ ਆਪਣੇ ਕੋਲ 800 LBS ਤੋਂ ਸ਼ੁਰੂ ਹੈ ਜੀ 2500 LBS ਤੱਕ ਹੈ ਜੀ ਠੀਕ ਹੈ ਜੀ ਇਹ ਕਿੰਨੇ ਕਿਤੇ ਹੁੰਦਾ ਜੀ ਸਰ ਇਹ ਸਮਝ ਲਓ ਤੁਸੀਂ 2500-3000 ਤੋਂ ਸ਼ੁਰੂ ਹੈ ਜੀ ਕਪੈਸਿਟੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਇਹ ਕੀ ਚੀਜ਼ ਹੈ ਜੀ ਇਹ ਮੈਗਨੇਟ ਲਿਫਟਰ ਹੈ ਜੀ ਅੱਛਾ ਜੀ ਇਹ ਲੋਹੇ ਦੀ ਸ਼ੀਟਾਂ ਤੁਸੀਂ ਥੱਲੇ ਰੱਖ ਦਿਓ ਤੇ ਉੱਪਰ ਇਹ ਮੈਗਨੇਟ ਹੈ ਇਹਨੂੰ ਤੁਸੀਂ ਲੌਕ ਕਰ ਦਿਓ ਇਹ ਲੌਕ ਹੋ ਜਾਏਗਾ ਠੀਕ ਹੈ ਜੀ ਥੱਲੇ ਵਾਲੇ ਪਾਸੇ ਤੇ ਮੈਗਨੇਟ ਬਿਲਕੁਲ ਥੱਲੇ ਮੈਗਨੇਟ ਲੱਗੀ ਦੀ ਹਾਂ ਠੀਕ ਹੈ ਇਹ 200 ਕਿਲੋ ਤੋਂ ਸ਼ੁਰੂ ਹੈ ਜੀ 3 ਟਨ ਤੱਕ ਅਵੇਲੇਬਲ ਹੈ ਜੀ ਠੀਕ ਹੈ ਤਾਂ ਲੋਹੇ ਦੀ ਜਿਹਨੇ ਸ਼ੀਟਾਂ ਚੁੱਕਣੀ ਹੈ ਉਹਨਾਂ ਦੇ ਬਹੁਤ ਕੰਮ ਦੀ ਚੀਜ਼ ਹੈ ਜੀ ਉਸ ਤੋਂ ਬਾਅਦ ਹੁੱਕ ਪਾਉਟ ਲੈ ਜਾਓ ਹਾਂ ਜਿੱਥੇ ਮਰਜ਼ੀ ਲੈ ਜਾਓ ਜੀ ਠੀਕ ਹੈ ਜੀ ਤੇ ਮਰਜ਼ੀ ਤੁਸੀਂ ਉੱਪਰ ਆ ਲੈ ਕੀ ਕਾਫੀ ਹੁੰਦਾ ਜੀ ਆਪਣੇ ਤੁਹਾਡੇ ਵਜਨ ਦੇ ਹਿਸਾਬ ਨਾਲ ਜੀ ਲੈਣ ਦੇ ਹਿਸਾਬ ਨਾਲ ਵਜਨ ਦੇ ਹਿਸਾਬ ਨਾਲ ਜ਼ਿਆਦਾ ਹੈਗੀ ਡਬਲ ਲੱਗੇਗੀ ਫਿਰ ਅੱਛਾ ਹਾਂਜੀ ਠੀਕ ਹੈ ਜੀ ਇਹ ਸਰ ਟਰਾਲੀਆਂ ਜੀ ਅੱਛਾ ਇਹਨੂੰ ਕਹਿੰਦੇ ਗੇਅਰ ਟਰਾਲੀ ਅੱਛਾ ਜੀ ਇਹ ਸੰਗਲ ਹੈਗਾ ਜੀ ਵਿੱਚ ਹਾਂ ਇਹ ਸੰਗਲ ਨੂੰ ਜਿੱਦਾਂ ਅੱਗੇ ਪਿੱਛੇ ਕਰਾਂਗੇ ਕੰਮ ਕਰੇਗੀ ਅੱਗੇ ਪਿੱਛੇ ਕਰੇਗੀ ਚੇਨ ਕੋ ਵੀ ਲਟਕਾ ਗਏ ਜਾਂ ਕੋਈ ਚੀਜ਼ ਲਟਕਾ ਗਏ ਠੀਕ ਹੈ ਇਹ ਮੈਨੂਅਲ ਟਰਾਲੀ ਹੈ ਜੀ ਅੱਛਾ ਇਹਨੂੰ ਕਹਿੰਦੇ ਧੱਕਾ ਟਰਾਲੀ ਧੱਕੇ ਨਾਲ ਜਾਂਦੀ ਹੈ ਬਿਲਕੁਲ ਧੱਕੇ ਨਾਲ ਅੱਗੇ ਪਿੱਛੇ ਹੁੰਦੀ ਹੈ ਠੀਕ ਹੈ ਜੀ ਇਹ ਵਾਲਾ ਜੀ ਨਿੱਕੇ ਨਿੱਕੇ ਹੁੱਕਾਂ ਵਗੈਰਾ ਇਹ ਸਰ ਡੀ ਸ਼ਕਲ ਹੈ ਜੀ ਇਹਨੂੰ ਡੀ ਸ਼ਕਲ ਕਹਿੰਦੇ ਠੀਕ ਹੈ ਇਹ 1 ਟਨ ਤੋਂ ਲੈ ਕੇ 30 ਟਨ ਤੱਕ ਅਵੇਲੇਬਲ ਹੈ ਜੀ ਇਹ ਆਈ ਬੋਲਟ ਹੈ ਜੀ ਇਹ ਮਸ਼ੀਨਾਂ ਦੇ ਉੱਪਰ ਕੱਸ ਕੇ ਕੋਈ ਚੀਜ਼ ਮਸ਼ੀਨ ਹਾਂਜੀ ਬਿਲਕੁਲ ਜੀ ਇਹ ਕੇਬਲ ਕੈਰੀਅਰ ਹੈ ਜੀ ਪਲਾਸਟਿਕ ਦੇ ਅੱਛਾ ਜੀ ਤਾਰ ਅੱਗੇ ਪਿੱਛੇ ਕਰਕੇ ਜਿਹੜੀ ਹੈ ਹੌਸ਼ਟਨ ਨਾਲ ਲੱਗਦੇ ਇਹ ਟਰਨ ਬਕਲ ਹੈ ਜੀ ਅੱਛਾ ਖਿੱਚਾ ਕਹਿੰਦੇ ਇਹਨੂੰ ਖਿੱਚਾ ਠੀਕ ਹੈ ਜੀ ਇਹ ਕਲੰਪ ਹੈ ਜੀ ਜਿਹੜੇ ਰੱਸੇ ਨੂੰ ਕੱਸਣ ਵਾਲੇ ਅਲੱਗ ਅਲੱਗ ਸਾਈਜ਼ ਦੇ ਹਾਂ ਵਾਇਰ ਨੂੰ ਕੱਸਣ ਵਾਲੇ ਜਿਹਦਾ ਕਾਲਾ ਇਹ ਬਲੈਕ ਵਿੱਚ ਆ ਗਿਆ ਇਹ ਜੀਏ ਦੇ ਵਿੱਚ ਆ ਗਿਆ ਠੀਕ ਹੈ ਜੀ ਇਹ ਥਿੰਬਲ ਹੈ ਜੀ ਪਏ ਦੋ ਤਾਰ ਦੇ ਉੱਤੇ ਬਿਲਕੁਲ ਜੀ ਬਿਲਕੁਲ ਲਗਾਉਂ ਦਿੰਦੇ ਨੇ ਬਿਲਕੁਲ ਇਹ ਆਯੂਕ ਹੈ ਜੀ ਠੀਕ ਹੈ ਜੀ ਇਹ ਵੀ ਹੁੱਕ ਆਈਆਂ ਜੀ ਹੋਏ ਹੋ ਜਾਂ ਨਿੱਕਾ ਨਿੱਕਾ ਸਪੇਅਰ ਪਾਰਟ ਸਾਰਾ ਮਿਲ ਜਾਂਦਾ ਨਾ ਜਿਹੜਾ ਮਰਜ਼ੀ ਲੈ ਲਓ ਬਿਲਕੁਲ ਇਹਦੇ ਥੋੜਾ ਜਿਹਾ ਆਈਟਮ ਇੱਥੇ ਡਿਸਪਲੇ ਰੱਖੀ ਦੀ ਆਈਟਮ ਬਹੁਤ ਹੈਗੀਆਂ ਜੀ ਠੀਕ ਆ ਆਹੋ ਜਿਹੋ ਜਿਹਾ ਸਾਈਜ਼ ਜੀ ਨੂੰ ਚਾਹੀਦਾ ਉਹ ਲੈ ਲੈਂਦਾ ਬਿਲਕੁਲ ਜੀ ਚਲੋ ਠੀਕ ਆ ਮੁਕਲ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਕਾਫੀ ਸਮਾਨ ਦਿਖਾਇਆ ਹੈ ਨਾ
ਮੇਰੇ ਲਈ ਵੀ ਕਾਫੀ ਕੁਝ ਨਵਾਂ ਸੀ, ਦਰਸ਼ਕਾਂ ਲਈ ਵੀ ਨਵਾਂ ਸੀ। ਬਾਕੀ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਆ, ਲੈਫਟਿੰਗ ਦਾ ਕੋਈ ਵੀ ਸਮਾਨ ਹੈ ਨਾ, ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਵੀਡੀਓ ਦਾ ਇਹ ਸਕਰੀਨ ਦੇ ਉੱਪਰ ਇਹਨਾਂ ਦਾ ਜੋ ਕੰਟੈਕਟ ਨੰਬਰ ਆ ਉਹ ਦਿੱਤਾ ਹੋਇਆ, ਜਿਸ ਵੀ ਚੀਜ਼ ਬਾਰੇ ਤੁਸੀਂ ਪੁੱਛਣਾ ਹੋਵੇ, ਲੈਣੀ ਹੋਵੇ, ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਠੀਕ ਹੈ ਨਾ ਜੀ? ਠੀਕ ਹੈ ਜੀ। ਚਲੋ ਬਹੁਤ ਬਹੁਤ ਧੰਨਵਾਦ ਜੀ। ਓਕੇ ਜੀ।